ਜਿਹੜੀ ਹੈ ਨਾ ਬ੍ਰੋਕਲੀ ਵਾਲਾ ਕਲਚਰ ਹੈ ਜਾਂ ਇਸ ਕਲਚਰ ਦਾ ਬੜਾ ਸ਼ਿਕਾਰ ਹੋਣ ਦੀ ਲੋੜ ਨਹੀਂ ਹੁੰਦੀ। ਇਹ ਕਿ ਬ੍ਰੋਕਲੀ ਹੈ ਅੱਜਕੱਲ੍ਹ, ਐਵਾਕਾਡੋ ਹੋ ਰਿਹਾ ਜਾਂ ਓਲਿਵ ਆਇਲ ਹੋ ਰਿਹਾ, ਇਹ ਪ੍ਰਚਾਰ ਦੇ ਸਾਧਨ ਦੇ ਸਿਰ ਤੇ ਇਹਨੂੰ ਆਊਟ ਆਫ ਦੀ ਵੇ ਕਿ ਲੋੜ ਤੋਂ ਵੱਧ ਛਾੜਿਆ ਜਾ ਰਿਹਾ। ਤੁਸੀਂ ਸਬਜ਼ੀਆਂ ਜਿਹੜੀਆਂ ਕੱਚੀਆਂ ਆਪਾਂ ਸਲਾਦ ਖਾਣੀ ਹੈ, ਬ੍ਰੋਕਲੀ ਸਲਾਦ ਦੀ ਸਲਾਦ ਹੈ, ਕੋਈ ਗੱਲ ਨਹੀਂ, ਖੁਰਾਕੀ ਤੱਤ ਜ਼ਿਆਦਾ ਹੋਣਗੇ, ਪਰ ਸਾਨੂੰ ਉਸ ਪ੍ਰਚਾਰ ਦਾ ਸ਼ਿਕਾਰ ਵੀ ਨਹੀਂ ਹੋ ਜਾਵੇ ਵੀ ਬ੍ਰੋਕਲੀ ਖਾਣੀ ਬਹੁਤ ਜ਼ਰੂਰੀ ਹੈ। ਨਹੀਂ ਖਾਣੀ ਚਾਹੁੰਦਾ, ਨਾ ਖਾਵੇ, ਬਲੈਸ ਬਹੁਤ ਸਲਾਦ ਖਾ ਲਵੇ, ਉਹ ਇੱਕ ਤਾਂ ਇਸ ਸ਼ਿਕਾਰ ਹੋਣ ਦੀ ਲੋੜ ਨਹੀਂ ਹੈ। ਦੂਜੀ ਗੱਲ ਜਿਹੜੀ ਹੈਗੀ ਤੁਹਾਡੀ ਫੂਡ ਕਲਚਰ ਦੀ, ਫੂਡ ਕਲਚਰ ਇੰਨਾ ਸਟਰੋਂਗ ਹੁੰਦਾ ਹੈ ਕਿ ਫੂਡ ਕਲਚਰ ਨਹੀਂ ਬਦਲਦੇ ਲੋਕ, ਇਹ ਕੋਈ ਗੱਲ ਨਹੀਂ ਖਾਸ, ਆਪਣੇ ਕਹਿਣ ਤੇ ਇੱਕ ਵਾਰੀ ਫੂਡ ਕਲਚਰ ਬਦਲ ਜਾਣਾ ਬਦਲ ਜਾਏਗਾ, ਨਹੀਂ ਹੋਣਾ ਹੈ। ਤੁਸੀਂ ਸੋਚ ਕੇ ਦੇਖੋ, ਅਸੀਂ ਜਿੰਨਾ ਮਰਜ਼ੀ ਕਹਿ ਲਈਏ, ਮੈਜੋਰਿਟੀ ਜਿਹੜੇ ਅਮਰੀਕਨ ਨੇ ਤੇ ਯੂਰੋਪੀਅਨ ਨੇ ਮੀਟ ਖਾਣਾ ਨਹੀਂ ਛੱਡਦੇ, ਹੁਣ ਆਪਣੇ ਆਪ ਹੌਲੀ ਹੌਲੀ ਆ ਰਹੇ ਵੱਖਰੀ ਗੱਲ ਹੈ, ਲੇਕਿਨ ਬਹੁਤ ਸਾਰੇ ਇਹੋ ਜਿਹੇ ਜਿਹੜੇ ਨਹੀਂ ਛੱਡਦੇ, ਬਹੁਤ ਉਹ ਲੋਕ ਨੇ ਚਾਹ ਨਹੀਂ ਛੱਡਦੇ। ਮੈਂ ਇਹੋ ਜਿਹੇ ਬੰਦੇ ਦੇਖੇ ਜਿਹੜੇ ਦਾਰੂ ਨਹੀਂ ਛੱਡਣ ਨੂੰ ਤਿਆਰ, ਹੋਰ ਤਾਂ ਗੱਲ ਸੁਣ, ਸ਼ਰਾਬ ਨਹੀਂ ਛੱਡਣ ਨੂੰ ਤਿਆਰ, ਉਹ ਆ ਜਾ ਕੇ ਬਹਿ ਜਾਂਦਾ, ਡਾਕਟਰ ਸਾਹਿਬ ਇੱਕ ਦੋ ਪੈਗ ਤਾਂ ਤੁਸੀਂ ਦੇ ਦਿਓ ਛੁੱਟੀ, ਸਾਨੂੰ ਬੜਾ ਸਰਦਾ ਨਹੀਂ ਹੈ। ਇਹ ਹੁਣ ਇਹਦਾ ਕੋਈ ਇਲਾਜ ਨਹੀਂ ਹੈ, ਕੋਈ ਗੱਲ ਨਹੀਂ, ਉਹਦੇ ਹਿਸਾਬ ਨਾਲ ਕਹਿਣਾ ਪੈਂਦਾ ਵੀ ਹਾਂ ਚਾਹੇ ਭਾਈ ਵੀ ਪੀਣੀ ਹੈ ਜ਼ਰੂਰ, ਤਾਂ ਉਹਦਾ ਪੀਣ ਦਾ ਤਰੀਕਾ ਅਡਾਪਟ ਕਰ ਲੈ, ਉਹ ਆਪ ਹੀ ਕਹਿਣਾ ਪੈਂਦਾ ਮੂੰਹ ਪੀਣੀ ਦਾ ਪੀ, ਪਰ ਤਰੀਕਾ ਲੈ ਲਿਆ ਵੀ ਪਾਣੀ ਪੀ ਲਿਆ ਕਰ ਪਹਿਲਾਂ, ਤੇ ਉਹਦੇ ਨਾਲ ਜਿਹੜਾ ਗਧੇ ਵਾਂਗੂ ਖਾਂਦੇ ਆ ਉਹ ਨਾ ਖਾਇਆ ਕਰੋ, ਕੋਈ ਸ਼ਰਾਬ ਵਾਲੇ ਖਾਂਦੇ ਵੀ ਤਾਂ ਗਧੇ ਵਾਂਗੂ ਨਾ, ਖਾਂਦੇ ਦੇਖਣਾ, ਫੋਟੋ ਖਿੱਚਣ ਵਾਲੀ ਹੁੰਦੀ ਉਹਨਾਂ ਦੀ ਜਿਵੇਂ ਖਾ ਰਹੇ ਹੁੰਦੇ ਹੋ, ਉਹ 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 ਜੋ ਆ ਜਾਂਦਾ ਅੱਗੇ ਚੱਕ, ਮੁਰਗੇ ਦੀਆਂ ਟੰਗਾਂ ਵੀ ਇਹਦੇ ਵਿੱਚ, ਮੱਛੀ ਵੀ ਇਹਦੇ ਵਿੱਚ, ਪਨੀਰ ਵੀ ਇਹਦੇ ਵਿੱਚ, ਉਹ ਖਾਂਦੇ ਏਦਾਂ ਹੁੰਦੇ ਜਿਵੇਂ ਪਤਾ ਨਹੀਂ ਕਿੰਨੀ ਉਮਰਾਂ ਦਾ ਭੁੱਖ ਪਈ ਹੁੰਦੀ ਹੈ ਉਹਨਾਂ ਨੂੰ, ਖਾਣ ਪੀਣ ਦਾ ਥੋੜ੍ਹਾ ਪਰਹੇਜ਼ ਰੱਖੀ, ਸਲਾਦ ਸਲੂਦ ਖਾ ਲਈ, ਫਲ ਖਾ ਲਈ, ਹੋਰ ਨਾ ਕੋਈ, ਤਾਂ ਇਹ ਫਿਰ ਆਪ ਕਹਿਣੀ ਪੈਂਦੀ ਹੈ। ਅਤੇ ਇੱਦਾਂ ਹੀ ਕਣਕ ਬਾਰੇ ਵੀ ਇਹੀ ਕਹਿਣਾ ਪਏਗਾ ਕਿ ਜੇ ਕਣਕ ਨਹੀਂ ਛੱਡਣੀ ਤਾਂ ਕਣਕ ਨੂੰ ਥੋੜ੍ਹਾ ਜਿਹਾ ਮੋਡੀਫਾਈ ਕਰਕੇ ਖਾਓ, ਸੱਤਵਿਕ ਰੋਟੀ ਖਾਓ, ਮਿੱਸੀ ਰੋਟੀ ਖਾਓ, ਪੱਤੇ ਪਾ ਲਓ, ਦਾਲ ਪਾ ਲਓ, ਕੁਛ ਆਟਾ ਦੂਜਾ ਹੋ, ਆਟਾ ਕੋਈ ਹੋਰ ਮਿਕਸ ਕਰ ਲਓ ਮੱਕੀ ਦਾ, ਇਹ ਸਾਰੇ ਸਾਰੇ ਕਲਚਰ ਦਾ ਹਿੱਸਾ ਰਿਹਾ। ਮੈਂ ਬਚਪਨ 'ਚ ਮੱਕੀ ਤੇ ਕਣਕ ਦਾ ਆਟਾ ਮਿਕਸ ਕਰਕੇ ਰੋਟੀ ਬਹੁਤ ਖਾਂਦੇ ਹੁੰਦੇ ਸੀ ਘਰਾਂ 'ਚ, ਖਾਣੇ ਠੀਕ ਹੈ, ਬਾਜਰਾ ਬਾਜਰਾ ਕਣਕ ਮਿਕਸ ਕਰ ਸਕਦੇ ਹੋ ਤੁਸੀਂ, ਸਾਡੇ ਆਹ ਮਿਲਟਸ ਆਏ ਇਹਦੇ 'ਚ ਕਣਕ ਮਿਕਸ ਕਰ ਸਕਦੇ ਆਪਾਂ, ਜਿਹੜਾ ਬੰਦਾ ਇਹ ਬਦਲ ਨਹੀਂ ਤਿਆਰ ਉਹਨੂੰ ਕੋਈ ਆਹ ਤਾਂ ਕਰ ਲੈ, ਕਮ ਸੇ ਕਮ ਇੰਨਾ ਕਰ ਲੈ ਬਸ, ਕੋਈ ਗੱਲ ਨਹੀਂ, ਆਪਾਂ ਨੂੰ ਬਹੁਤ ਰਿਜਿਡ ਹੋਣ ਦੀ ਲੋੜ ਨਹੀਂ ਹੈ। ਔਰ ਇਹ ਜਿਹੜੀ ਬਹੁਤ ਜ਼ਿਆਦਾ ਰਿਜਿਡਿਟੀ ਹੈ ਇਹ ਸਿਰਫ ਉਹਨਾਂ ਬੀਜਾਂ ਵਾਸਤੇ ਹੈ, ਉਹਨਾਂ ਲੋਕਾਂ ਵਾਸਤੇ ਜਿਹੜੇ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹੈ, ਜਦ ਤੱਕ ਉਹ ਦਵਾਈਆਂ ਤੋਂ ਆਫ ਨਹੀਂ ਹੁੰਦੇ, ਜਦੋਂ ਦਵਾਈ ਛੱਡ ਗਏ, ਦਵਾਈਆਂ ਦੀਆਂ ਬੰਦ ਹੋ ਗਈਆਂ, ਤਾਂ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਛੁੱਟੀ ਦੇ ਸਕਦੇ ਥੋੜ੍ਹੀ ਬਹੁਤੀ, ਤਾਂ ਸਖਤੀ ਜਿਹੜੀ ਹੈ, ਸਖਤ ਡਾਇਟ ਅਸੀਂ ਉਹਨਾਂ 'ਚ ਹੀ ਕਹਿੰਦੇ ਹਾਂ ਜਿੰਨਾ ਚਿਰ ਉਹ ਦਵਾਈਆਂ ਦੇ ਸ਼ਿਕਾਰ ਨੇ ਜਾਂ ਬਿਮਾਰੀ ਠੀਕ ਨਹੀਂ ਹੋਈ, ਥਾਇਰਾਇਡ ਠੀਕ ਹੋ ਜਾਏ ਤੇਰਾ, ਉਸ ਤੋਂ ਬਾਅਦ ਆਪਾਂ ਕੋਈ ਇਸ ਗੱਲ ਦਾ ਛੁੱਟੀ ਲਾ ਲਾਂਗੇ, ਨਹੀਂ ਲੱਸੀ ਖਾ ਲਾਂਗੇ, ਤੁਹਾਡੀ ਸ਼ੂਗਰ ਠੀਕ ਹੋ ਜਾਣ ਤੋਂ, ਦਵਾਈ ਬੰਦ ਹੋ ਜਾਣ ਤੋਂ, ਫਿਰ ਆਪਾਂ ਥੋੜ੍ਹਾ ਬਹੁਤਾ ਇੱਦਾਂ ਕਰ ਲਓ। ਤਾਂ ਇਹਦੇ ਕੋਈ ਗੱਲ ਨਹੀਂ, ਫੂਡ ਕਲਚਰ ਇਹੀ ਸਟਰੋਂਗ ਹੁੰਦਾ, ਕੋਈ ਗੁੱਸਾ ਕਰਨ ਦੀ ਲੋੜ ਨਹੀਂ ਹੈ। ਖਾਣਾ ਪੀਣ ਦੀਆਂ ਆਦਤਾਂ ਇੰਨੀਆਂ ਗਹਿਰੀਆਂ ਗਈਆਂ ਹੁੰਦੀਆਂ ਸਾਡੇ ਕਿ ਮੈਨੂੰ ਯਾਦ ਹੈ ਅੱਜ ਵੀ ਜਿਹੜੀ ਮੈਂ ਚੀਜ਼ ਬਚਪਨ 'ਚ ਖਾਧੀ ਹੋਈ ਹੈ, ਜਦੋਂ ਮੇਰੇ ਸਾਹਮਣੇ ਆਉਂਦੀ ਹੈ ਤਾਂ ਫਿਰ ਮੈਂ ਉਹ ਜ਼ਿਆਦਾ ਖਾਂਦਾ, ਉਹ ਇੰਨਾ ਗਹਿਰਾ ਚਲਾ ਜਾਂਦਾ ਫੂਡ ਕਲਚਰ ਕਿ ਕੁਦਰਤੀ ਗੱਲ ਹੈ, ਉਹ ਸਾਡੇ ਸਭ 'ਚ ਹੁੰਦਾ, ਸੋ ਇਸ ਕਰਕੇ ਉਸ ਗੱਲ ਦਾ ਗੁੱਸਾ ਨਹੀਂ ਕਰਨ ਦੀ ਲੋੜ, ਉਹਦੇ ਹਿਸਾਬ ਨਾਲ ਢਾਲ ਦਿਓ ਅਗਲੇ ਨੂੰ, ਉਸ ਹਿਸਾਬ ਨਾਲ ਦੱਸ ਦਿਓ, ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਉਹਦੇ ਹਿਸਾਬ ਨਾਲ ਕਿਵੇਂ ਦੱਸਣਾ। ਠੀਕ ਹੈ।